ਸਾਨੂੰ ਪਤਾ ਨੀ ਸੰਦ ਫੋਨ ਆਇਆ ਵੀ ਹੋਸਪਿਟਲ ਬੱਚੇ ਨੂੰ ਬਾਹਾਂ ਅੱਡ ਲਈ ਆਪਣੀ ਬੱਚਾ ਕਹਿੰਦਾ ਮੈਨੂੰ ਦੋਸ਼ ਹੋ ਮੈਨੂੰ ਮੰਮੀ ਕਹਿ ਗੱਲ ਦਾ ਨੀ ਪਤਾ ਮੇਰੇ ਫੋਨਾਂ ਦੇ ਟੇਲਾ ਕਢਾਉਣ ਜੇ ਮੇਰੀ ਕੁੜੀ ਦੇ ਨਾਲ ਗੱਲਬਾਤ ਹੋਊ ਮੈਂ ਫੋਨ ਵੀ ਕਰੂੰਗਾ ਉਹਨੂੰ ਜੇ ਬਾਕੀ ਗੈਂਗ ਦੇ ਬੰਦੇ ਉਹਨਾਂ ਦੇ ਵੀ ਫੋਨ ਮੇਰੇ ਕੋਲ ਹੋਣਗੇ ਜ਼ਰੂਰ ਹੋਣੇ ਚਾਹੀਦੇ ਆ ਹੁਣ ਕੀ ਮੰਗ ਕੀ ਕਰਦੇ ਹੋ ਸਾਡੇ ਮੰਗ ਇਹ ਕਿ ਸਾਡਾ ਬੱਚਾ ਬਾਹਰ ਆਉਣਾ ਚਾਹੀਦਾ ਵਾ ਸਾਡੇ ਬੱਚੇ ਦੀ ਕੋਈ ਗਲਤੀ ਨਹੀਂ ਕਦੋਂ ਦਾ ਅੰਦਰ ਇਹ ਪਿਛਲੇ ਸ਼ਨੀਵਾਰ ਦਾ
ਮੈਂ ਉਹਦਾ ਭਰਾ ਹਾਂ ਜੀ ਗੌਤਮ, ਠੀਕ ਹੈ, ਨਾ ਉਹਦਾ ਕੋਈ ਲੈਣਾ ਦੇਣਾ, ਨਾ ਕੁੜੀ ਨੂੰ ਬੁਲਾਇਆ, ਨਾ ਉਹਨੇ ਚਲਾਇਆ ਕੋਈ। ਅੱਜ ਉਹਨੇ ਮੁੰਡੇ ਨੇ ਆਤਮ ਹੱਤਿਆ ਕੀਤੀ, ਅੱਜ ਪ੍ਰੈਸ਼ਰ ਪੁਲਿਸ ਦੇ ਪ੍ਰੈਸ਼ਰ 'ਚ ਆ ਗਏ, ਉਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕਰੇ ਹੋ ਰਹੀ। ਕੁੜੀ ਦੇ ਬਿਆਨ ਹੋ ਰਹੇ ਆ ਵੀ ਕੁੜੀ ਜੋ ਕਹਿੰਦੀ ਉਹੀ ਸੱਚ ਆ, ਨਾ ਉਹਦਾ ਕੋਈ ਮੈਡੀਕਲ ਰਲਦਾ, ਨਾ ਕੋਈ ਆਉਣਾ, ਨਾ ਕੋਈ ਜਾਣਾ। ਭਰਾ ਦਾ ਨਾਂ ਕੀ ਆ? ਮੇਰੇ ਭਰਾ ਦਾ ਨਾਮ ਅਜੇ ਕੁਮਾਰ। ਇਹ ਪੜਦਾ ਵਾ? ਨਹੀਂ ਨਹੀਂ, ਇਹ ਪੜਦਾ ਨਹੀਂ, ਇਹ ਕੰਮ ਕਰਦਾ ਵਾ ਜੀ। ਅੱਜ ਆਤਮ ਹੱਤਿਆ ਕੁੜੀ ਪੜਦੀ ਨੰਦ ਪਬਲਿਕ ਸਕੂਲ ਦੇ, ਜੇ ਉਹਦੇ ਨਾਲ ਕੋਈ ਵੀ ਕਾਰਵਾਈ, ਕੋਈ ਵੀ ਉਹ ਪੁੱਠਾ ਸਿੱਧਾ ਕਰਦਾ ਵਾ, ਇਹਦੇ ਸਾਰੀ ਜ਼ਿੰਮੇਵਾਰੀ ਪੁਲਿਸ ਦੀ ਆ, ਠੀਕ ਆ। ਕੁਛ ਵੀ ਉਹਨੂੰ ਹੁੰਦਾ, ਇਹਦੀ ਜ਼ਿੰਮੇਵਾਰ ਸਾਰਾ ਕਿ ਅੱਜ ਕੱਲ੍ਹ ਹੀ ਲੈ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹਨੇ, ਜੇਲ੍ਹ ਦੇ ਅੰਦਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਪ੍ਰੈਸ਼ਰ ਪਾਇਆ ਜਾਣ ਡਿਆ, ਉਹਦੇ ਪ੍ਰੈਸ਼ਰ ਹੋਣ ਡਿਆ ਵਾ ਕਿ ਤੂੰ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਧੱਕੇ ਨਾਲ ਤੂੰ ਮੰਨ ਕੇ ਆ, ਉਹ ਕਿੱਥੋਂ ਲੈ ਕੇ ਆਵੇ? ਜਦ ਬੇਗ ਨਾ ਬੱਚਾ, ਉਹ ਕਿੱਥੋਂ ਲੈ ਕੇ ਆਵੇ ਸਾਰਾ ਕੁਝ? ਹੁਣ ਮੰਗ ਕੀ ਤੁਹਾਡੀ? ਸਾਡੀ ਮੰਗ ਆ ਕਿ ਜਿਹੜੇ ਗੁਨਹਗਾਰ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਜਿਹੜੇ ਬੇਗੁਨਾ ਉਹਨਾਂ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਬੇਗੁਨਾ ਨੂੰ? ਉਹ ਜੇ ਉਹ ਗਲਤ ਹੁੰਦਾ ਤਾਂ ਆਪਣੇ ਆਪ ਆ ਕੇ ਪੇਸ਼ ਹੋਇਆ ਨਾ, ਖੁਦ ਉਹਨੂੰ ਲੈ ਕੇ ਆਏ ਵੀ ਤੇਰੀ ਗਲਤੀ ਨਹੀਂ, ਤੂੰ ਆਪ ਆ। ਹੋਰ ਕਿੰਨੇ ਮੁੰਡੇ ਜਿਹੜੇ ਆ ਅੰਦਰ ਆ? ਤਿੰਨ ਮੁੰਡੇ ਅੰਦਰ ਫੜੇ ਪਏ ਆ ਨਜਾਇਜ਼ ਗੱਲ ਨੂੰ। ਉਹਨਾਂ ਦੇ ਨਾਂ ਕੀ ਆ? ਉਹਨਾਂ ਦਾ ਨਾਂ ਨਹੀਂ ਪਤਾ। ਇੱਕ ਦਾ ਨਾਂ ਗਾ ਸੁੰਦਰ, ਇੱਕ ਦਾ ਨਾਂ ਗਦੇਵ। ਸੱਚੋ ਆ ਗਿਆ ਪ੍ਰਧਾਨ ਅੰਦਰ। ਕੀ ਨਾਂ ਜੀ ਆਪਣਾ? ਪਵਨ ਕੁਮਾਰ। ਇਹ ਕੀ ਗੱਲ ਹੋਈ ਜੀ? ਇਹ ਮਹਾਰਾਜ ਗੈਂਗ ਰੇਪ ਦਾ ਕੇਸ ਪਾਇਆ ਹੋਇਆ ਇਹਨਾਂ ਨੇ ਪੁਲਿਸ ਵਾਲਿਆਂ ਨੂੰ, ਠੀਕ ਹੈ, ਅਤੇ ਸਾਡੇ ਬੱਚੇ ਦਾ ਨਜਾਇਜ਼ ਨਾਂ ਲਿਆ ਗਿਆ, 7-8 ਮੁੰਡਿਆਂ ਦੇ ਨਾਂ ਲਿਖਾਏ ਹੋਏ ਆ, ਤਿੰਨ ਜਾਣੇ ਅਰੈਸਟ ਆ, ਇੱਕ 'ਚੋਂ ਉਹਨਾਂ ਨੇ ਭੇਜ ਦਿੱਤਾ ਹੋਇਆ ਵਾ ਨਾਬਾਲਗ ਕਰਕੇ, ਅਤੇ ਸਾਡੇ ਬੱਚਿਆਂ ਨੂੰ ਹੁਣ ਧੱਕੇ ਨਾਲ ਕਹੀ ਜਾਂਦੇ। ਤੁਸੀਂ ਦੱਸੋ ਵੀ ਬਾਕੀ ਬੰਦੇ ਕਿਹੜੇ, ਜਦਕਿ ਸਾਡੇ ਬੱਚੇ ਦੀ ਕੋਈ ਜਾਣਕਾਰੀ ਨਹੀਂ ਹੈਗੀ। ਤੁਹਾਡਾ ਮੁੰਡਾ ਨਾਂ ਕੀ ਆ? ਉਹਦਾ ਕਿੰਨੇ ਸਾਲ? ਅਜੇ ਕੁਮਾਰ। ਕਿੰਨੇ ਸਾਲ ਦਾ ਮੁੰਡਾ? 18, 18.5 ਸਾਲ। ਅਤੇ ਜਿਹੜੀ 18 ਗੈਂਗਰੇਪ ਇਹ ਹੁੰਦਾ ਵੀ ਇਕੱਠਿਆਂ ਨੇ ਇੱਕੋ ਵਾਰੀ ਚੱਕ ਕੇ ਲਗਾਏ। ਮੁੰਡਾ ਤੁਹਾਡਾ ਹੁਣ ਜੇਲ੍ਹ 'ਚ? ਇਸ ਵੇਲੇ ਹਵਾਲਾ 'ਚ ਜੀ, ਮਾਰਤੇ ਆ। ਹੁਣ ਕੀ ਮੁੰਡੇ ਨੇ ਕੀ ਕੀਤਾ? ਮੁੰਡੇ ਨੇ ਉਹ ਕੁਛ ਉਹਨੂੰ ਦਬਕਾਉਂਦੇ ਪਏ ਵੀ ਦੱਸੋ, ਉਹ ਡਰਿਆ ਪਿਆ ਵਿਚਾਰਾ, ਕਿਹਦਾ ਨਾਂ ਲੈ ਦੇਵੇ ਇਹਨੂੰ ਜਾਇਜ਼। ਨਹੀਂ ਹੁਣ ਇੱਥੇ ਲੈ ਕੇ ਆਈ ਸੀ, ਇੱਥੇ ਆਏ ਸੀ, ਉਹ ਕਹਿੰਦੇ ਸੀ ਉਹਨੇ ਆਪਣੇ ਆਪ ਹੀ ਕਿਤੇ ਸੱਟ ਮਾਰ ਲਈ, ਉਹ ਹਵਾਲਾ ਵਿੱਚ ਕਿੱਦਾਂ ਕੁਛ ਸੱਟ ਮਾਰ ਲਈ, ਉੱਥੇ ਉਹ ਕੋਲ ਕਿਹੜੇ ਸਾਧਨ ਪਏ ਹੋਣਗੇ। ਇਹ ਤਾਂ ਹੁਣ ਉਹਨਾਂ ਨੇ ਕਿਹਾ ਇੱਥੇ ਆਓ, ਅਸੀਂ ਜਾ ਕੇ ਦੇਖਦੇ ਹਾਂ ਕੀ ਕਹਿੰਦੇ। ਕੀ ਮੰਗ ਕੀ ਤੁਹਾਡੀ ਹੁਣ? ਅਸੀਂ ਤਾਂ ਕਹਿੰਦੇ ਜਾਇਜ਼ ਜੇ ਹੈਗਾ ਸਾਡੇ ਬੱਚੇ ਦੋਸ਼ੀ ਆ ਤਾਂ ਇਹਨਾਂ ਨੂੰ ਸਜ਼ਾ ਮਿਲਣ, ਅਤੇ ਜੇ ਦੋਸ਼ੀ ਨਹੀਂ ਤਾਂ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਫੜਨੇ, ਸਾਡੇ ਬੱਚੇ ਨੂੰ ਕਿਉਂ ਤੰਗ ਕਰ ਰਹੇ? ਠੀਕ ਹੈ। ਹੁਣ ਤੁਸੀਂ ਇੱਥੇ ਆਏ, ਕੀ ਹੋਇਆ ਮੁੰਡੇ ਨੂੰ? ਪਤਾ ਨਹੀਂ, ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਜੀ। ਸਾਨੂੰ ਤਾਂ ਇਹ ਪਤਾ ਵੀ ਮੁੰਡਾ ਇੱਥੇ ਉਹ ਇਹਨਾਂ ਨੇ ਲੈ ਆਉਂਦਾ, ਮੁੰਡੇ ਨੇ ਆਪਣੀ ਬਾਂਹ 'ਤੇ ਕਰ ਲਿਆ ਅੰਦਰ।